ਨਾਮ ਜਲਦੀ ਪੁੱਛੋ ਵਿੱਚ ਚਲੋ ਵੀ ਚਲੋ ਆਦਰ ਵਜੀਫੇ ਦੀ ਅਗੋਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ ਜਰਨੈਲ ਮਿਰਜੂ ਯੁਵਰਾਜ ਮਿਰਜੂ ਕਾਲੀਦਾਰ ਇੱਕ ਮਿੰਟ ਇੱਧਰ ਆਈ ਮੇਰੇ ਕੋਲ ਜਦ ਹੀ ਚਾਹੁੰਦਾ ਹੋਇਆ ਮੁਕਾਬਲਾ ਉੱਧਰ ਮੈਦਾਨ ਦੇ ਵਿੱਚ ਨਾ ਗੱਭਰੂਆਂ ਦੇ ਦਰਮਿਆਨ ਹੈ ਬੜਾ ਵਧੀਆ ਮੁਕਾਬਲਾ ਸ਼ੁਰੂ ਹੋਇਆ ਜਰਨੈਲ ਤੇ ਮਦਨ ਅਗਰ ਕਲਵੀਰ ਤੇ ਮਾਮ ਜੇਤੋ ਦੀ ਦੇ ਦਰਮਿਆਨ ਬੜੀ ਵਧੀਆ ਕੁਸ਼ਤੀ ਚੱਲਦੀ ਹੈ ਦੇਖਾਂਗੇ ਵੀ ਕਿਹੜਾ ਜਿੱਤਦਾ ਕਿਹੜਾ ਹਾਰਦਾ ਬਾਟਾ ਸਮੇਂ ਦੀਆਂ ਕਹਿੰਦਾ ਚੱਤੀ ਦੀਆਂ ਪੂਰਾ ਵਾਂਗੂ ਚੋਰੀਆਂ ਨੇ ਛਾਤੀਆਂ ਉਹ ਪਾ ਕੇ ਲੁਕੇ ਮਲ ਮਾਰਦੇ ਨੇ ਥਾਪੀਆਂ ਨਾਮ ਰੱਬ ਦਾ ਧਿਆਕੇ ਵਿੱਚ ਜਗ੍ਹਾ ਵਿੱਚ ਮਾਮਲਾ ਪੁਆਇੰਟ ਲੈ ਲਾ ਮਾਮ ਇੱਕ ਮਿੰਟ ਵਿੱਚ ਪੁਆਇੰਟ ਬਣਾਉਣਾ ਪੈਣਾ ਕਲਵੀਰ ਕੋਲ ਨਹੀਂ ਤਾਂ ਕਲਵੀਰ ਜੇਤੂ ਹੈ ਚਲੋ ਚਲੋ ਆਦਰ ਮਦਨ ਬਾਰੇ ਰਿਆਸੀ ਵਾਲਾ ਮੈਦਾਨ ਦੇ ਵਿੱਚ ਪਰਲੇ ਪਾਸੇ ਆ ਖੜਾ ਰਾਉਂਡ ਵੇਲੇ ਤੇ ਨਾਲ ਵੀ ਜਰਨੈਲ ਪਹਿਲਾਂ ਨੇ ਆ ਖੜਾ ਕਲਤਾ ਮੰਦਰ ਰਿਆਸੀ ਮਾਮ 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 ਵਿਸ਼ ਪੁੱਛੋ ਵਾਹ ਵੀ ਵਾਤਾ ਬੜੇ ਸ਼ੁਰੂ ਦੇ ਮੈਦਾਨ ਵਿੱਚ ਅੱਗੇ ਹੀ ਮੈਦਾਨ ਦੇ ਵਿੱਚ ਚਲੋ 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 ਮਾਤ ਪੁਆਇੰਟ ਬਣਾਉਣਾ ਪੈਣਾ ਸਮਾਂ ਇੱਕ ਮਿੰਟ ਹੈ 60 ਸੈਕਿੰਡ ਬਹੁਤ ਹੁੰਦੇ ਹੈ ਮਾਰੇ ਤੱਕ ਪਤਾ ਦੇ ਅਨੁਸਾਰ ਪਤਾ ਦੇ ਅਨੁਸਾਰ ਆ ਜਾਓ ਸਟੇਜ ਦੇ ਸਾਹਮਣੇ ਮਾਮ ਮਾਮ ਆਓ ਕੁਸ਼ਤੀ ਲਵਾਈ ਉਧਰ ਵੱਡੀ ਲੱਗੀ ਲੱਗਣ ਨਹੀਂ ਕਬੱਡੀ ਨੂੰ ਬੈਠੀ ਹੈ ਫੋਟੋ ਕਰਾ ਲਓ ਟਾਈਮ ਬਹੁਤ ਘੱਟ ਹੈ ਡੱਡੀ ਕੁਸ਼ਤੀ ਦੀ ਫੋਟੋ ਕਰਾਓ ਯੁਵਰਾਜ ਕੁਸ਼ਤੀ ਦੇ ਰੈਫਰੀ ਹੋਣਗੇ ਕਰਤਾਰ ਸਿੰਘ ਚਲੋ ਵੀ ਕਰਾਓ ਕੁਸ਼ਤੀ ਸ਼ੁਰੂ ਕਿੰਨਾ ਟਾਈਮ ਹੈ ਇਸ ਕੁਸ਼ਤੀ ਦਾ
ਸਾਡੇ ਬਾਹਰ ਨਾ ਕੁਸ਼ਤੀ ਨਾ ਦਾ ਉਧਰ ਸਾਡੇ ਬਹੁਤ ਹੀ ਸਤਿਕਾਰ ਯੋਗ ਐਕਸ ਮਿਨਿਸਟਰ ਸਾਹਿਬ ਸ਼੍ਰੀ ਜਗਰ ਕਿਸ਼ੋਰ ਸ਼ਰਮਾ ਜੀ ਅੱਜ ਦੇ ਸੰਮੇਲਨ ਵਿੱਚ ਪੁੱਜੇ ਹੈ। ਉਹਨਾਂ ਨੂੰ ਇੱਕ ਮੇਰੀ ਛੋਟੀ ਜਿਹੀ ਬੇਨਤੀ ਹੈ, ਦੋ ਲਫ਼ਜ਼ ਜਿਹੜੇ ਆਪਣੇ ਇਸ ਬੰਦਲ ਦੇ ਬਾਰੇ, ਇਸ ਬਿੱਲ ਦੇ ਬਾਰੇ ਸਾਡੇ ਨਾਲ ਜਿਹੜੇ ਸਾਂਝੇ ਕਰਨਗੇ ਦੋ ਮਿੰਟ ਲਈ। ਠੀਕ ਹੈ, 15 ਮਿੰਟ ਦਾ ਅਨਿਲ, ਇੱਕ ਮਿੰਟ ਮਾਈਕ ਤੇ, ਇੱਕ ਮਿੰਟ ਸਟੇਜ ਤੇ ਅਨਿਲ, ਇੱਕ ਮਾਈਕ ਨਹੀਂ, ਮਾਈਕ ਦੇ ਮਾਈਕ ਲਾਓ ਸਾਹਿਬ। 15 ਮਿੰਟ ਦਾ ਟਾਈਮ ਹੈ ਜੁਗਰਾਜ ਤੇ ਮਾਮ ਹਸਨ, ਉਸ ਤੋਂ ਬਾਅਦ ਜਿਹੜਾ ਅਗਲਾ 3 ਮਿੰਟ ਪੁਆਇੰਟ ਤੇ ਰੈਫਰੀ ਸਾਹਿਬ ਨੋਟ ਕਰੋ ਨਾਗ ਦੇਵਤਾ ਸੁਜਿੰਦਰ ਮੇਲਾ ਕਮੇਟੀ ਤੇ ਚੇਅਰਮੈਨ, ਉਹਦੇ ਕੰਨੇ ਸਾਰੀ ਕਮੇਟੀ ਦੇ ਮੈਂਬਰਸ, ਅੱਜ ਦੇ ਇਸ ਮੇਲੇ ਦੇ ਵਿੱਚ ਆਏ ਦੇ ਤੁਹਾਡੇ ਮਹਿਮਾਨ ਮੇਰੇ ਭਰਾ ਡੀਡੀਸੀ ਦੇ ਚੇਅਰਮੈਨ ਸਰਬ ਸਿੰਘ ਨਾਗ ਜੀ, ਸਾਡੇ ਕੰਨੇ ਤੁਹਾਡੇ ਸੋਸ਼ਲ ਵਰਕਰ ਔਰ ਕਾਫੀ ਜਾਣੇ ਪਹਿਚਾਣੇ ਮੇਰੇ ਨਿੱਕੇ ਭਰਾ ਸੋਨੂੰ ਠਾਕਰ ਜੀ, ਦੂਸਰੇ ਮੇਰੇ ਵੱਡੇ ਭਰਾ ਖਾਂ ਵੀ ਮਾਮਾ ਖਾਂ, ਰੈਸਲਿੰਗ ਦੇ ਸਾਡੇ ਚੇਅਰਮੈਨ ਸਟੇਟ ਦੇ, ਔਰ ਕਾਫੀ ਇਹਦਾ ਯੋਗਦਾਨ ਹੈ ਇਸ ਦੰਗਲੇ ਵਿੱਚ, ਔਰ ਸਾਰੇ ਕਾਫੀ ਸਾਰੇ ਫੰਕਸ਼ਨ ਦੇ ਵਿੱਚ ਇਹਦਾ ਇੱਕ ਰੋਲ ਹੁੰਦਾ ਹੈ। ਮੈਂ ਇਹਦੀ ਇਹਦਾ ਵੈਲਕਮ ਕਰਨਾ, ਔਰ ਮੈਂ ਇਹਨੇ ਯਾਦ ਕਰਨਾ ਇੱਥੇ ਬੈਠੇ ਨੇ ਸਾਰੇ ਬੈਠੇ ਡੀਡੀਸੀ ਦੇ ਚੇਅਰਮੈਨ ਅਸ਼ੋਕ ਜੀ, ਇੱਥੇ ਬੈਠੇ ਨੇ ਖੇਮਦਾਸ ਜੀ, ਮਾਸਟਰ ਜੀ ਕਿਰਪਾਲਾ ਮਾਸਟਰ, ਸਾਰੇ ਜਿੰਨੇ ਇੱਥੇ ਬੈਠੇ ਨੇ, ਬਲਵੰਤ ਜੀ ਸਾਡੇ 'ਚ ਬਜ਼ੁਰਗ ਜਿਹੜੇ, ਮੈਂ ਦੇਖਾ ਲਾ ਕੇ ਸ਼ੁਰੂ ਕਰਾਇਆ ਦਾ ਜਿਹੜਾ ਮੇਲਾ ਕਿੰਨੀ ਮਿੱਥੀ, ਅੱਜ ਤਾਂ ਕਾਫੀ ਆਸਾਨ ਹੈ ਉਸ ਵੇਲੇ ਕਰਵਾਇਆ। ਬਾਕੀ ਸਾਰੇ ਜਿਹੜੇ ਮੇਲਾ ਕਮੇਟੀ ਦੇ ਮੈਂਬਰਸ ਔਰ ਉਸ ਲੋਕ ਜਿੰਨੇ ਇੱਥੇ ਬੈਠੇ ਨੇ, ਵਿਭਾਗ ਦੇ ਜਾਂ ਵਿਭਾਗ ਦੇ ਅੱਗੋਂ ਵਿਸ਼ਵ ਆਏ ਦੇ ਸਾਡੇ ਬਜ਼ੁਰਗ ਨੌਜਵਾਨ ਸਾਥੀ, ਮੇਲੇ ਦੀਆਂ ਬੜੀਆਂ ਬੜੀਆਂ ਮੁਬਾਰਕਾਂ ਤੁਸੀਂ। ਔਰ ਮੈਂ ਅੱਜ ਯਾਦ ਹੈ ਕਿ ਅੱਜ ਕੋਲਾ 20 ਸਾਲ ਪਹਿਲੇ ਮੈਂ ਮੇਲੇ 'ਚ ਜਿਹੜੇ ਸ਼ੁਰੂਆਤ ਕੀਤੀ, ਉੱਥੇ ਆਸ ਆਏ ਅਤੇ ਹੈਲੀਕਾਪਟਰ ਪਰ ਅਸ ਆਏ ਇੱਥੇ ਮੇਲੇ ਦੇ ਵਿੱਚ, ਉੱਥੇ ਦੱਬੀਏ ਤੁਹਾਰਿਆ ਹਾਂ। ਔਰ ਉਸ ਮੇਲੇ ਕੀ ਅੱਜ ਜਿਹੜਾ ਮੈਂ ਦਿਖਾ ਰਹਾ ਕਿ ਕਾਫੀ ਮਿਹਨਤ ਔਰ ਇਹਦੇ ਵਿੱਚ ਜਿੰਨੀ ਤੁਸੀਂ ਯੋਗਦਾਨ ਇੱਕ ਦੂਜੇ ਨੇ ਦਿੱਤਾ, ਔਰ ਸਾਰਾ ਇਸੀ ਆਰਗਨਾਈਜ਼ ਅੱਛੇ ਤਰੀਕੇ ਕਨੇ ਕੀਤਾ, ਉਸ ਵਾਸਤੇ ਮੈਂ ਤੁਸੀਂ ਮੁਬਾਰਕ ਦਿੰਦਾ। ਔਰ ਇਹ ਮੇਲਾ ਪਹਿਲਾਂ ਜੀਆਂ ਕਲਚਰ ਆਈਟਮਾਂ 3 ਦਿਨ ਦਾ ਮੇਲਾ, ਔਰ ਅੱਜ ਜਿਹੜਾ ਇਹ ਦੰਗਲ ਹੈ ਉਸ ਦੀਆਂ ਤੁਸੀਂ ਬੜੀ ਬੜੀ ਮੁਬਾਰਕਾਂ। ਪੋਲੀਟੀਕਲੀ ਭਾਸ਼ਣ ਮੈਂ ਅੱਜ ਨਹੀਂ ਦਿੰਦਾ, ਨਾ ਮੇਰਾ ਮਨ ਆਖਾ ਦਾ ਕਿ ਇਸੀ ਮੇਲੇ ਦੇ ਵਿੱਚ ਕੋਈ ਇਸ ਚੀਜ਼ ਪਹੁੰਚਿਆ, ਲੇਕਿਨ ਇੰਨਾ ਮੈਂ ਜ਼ਰੂਰ ਆਖਗਾ ਕਿ ਜਿਹੜੀ ਸਾਡੀ ਇਹ ਸੰਸਕ੍ਰਿਤ ਹੈ, ਜਿਹੜਾ ਇਸੀ ਇਸੇ ਬਹਾਨੇ ਕੰਨੇ ਅਸ ਲੋਕ ਮਿਲਣੇ ਹਾਂ। ਮੈਨੂੰ ਚੇਤਾ ਕਿ ਜਿਸ ਵੇਲੇ ਪਾਂਗਣ ਮੇਲਾ ਸ਼ੁਰੂ ਕੀਤਾ ਤਾਂ ਇਸ ਵਾਸਤੇ ਕਿ ਚਲੋ ਵਾਕਫੀ ਤੌਰ ਪਰਿਚਿਤ ਹੁੰਦਾ ਇਹਦੇ ਕੰਨੇ, ਇਹਨੇ ਮੇਲੇ ਦਾ ਵੀ ਇਹ ਫਾਇਦਾ ਕਿ ਸਾਡੇ ਇਸ ਕੰਨੇ ਗਏ ਸਾਰੀਆਂ ਚੀਜ਼ਾਂ ਇੱਕ ਦੇ ਵਾਕਫੀ ਅਤੇ ਮੇਲ ਮਿਲਾਪ ਔਰ ਡਿਵੈਲਪਮੈਂਟ ਵੀ ਇਸ ਕੰਨੇ ਜੁੜੀ ਦੀ ਹੁੰਦੀ ਹੈ। ਇਸ ਵਾਸਤੇ ਮੈਂ ਮਾਫ਼ੀ ਚਾਹੁੰਦਾ
ਮੈਂ ਆਪਣੀ ਹਾਜ਼ਰੀ ਦਿੱਤੀ ਕਿਉਂਕਿ ਮੈਂ ਹਰ ਸਾਲ ਆਉਂਦਾ ਜੀ ਹਾਂ। ਮੈਂ ਪਹਿਲਾਂ ਸ਼ੁਰੂ ਕਰ ਦੱਸਿਆ ਵਿੱਚ ਵਿੱਚ ਕਿਸੇ ਵੇਲੇ ਕੋਵਿਡ ਜਾਂ ਉਸ ਵੇਲੇ ਨਹੀਂ ਆਇਆ, ਤਾਂ ਮੇਰੀ ਫਿਰ ਤੁਸੀਂ ਸਾਰੇ ਜੇ ਬਜ਼ੁਰਗਾਂ ਹੀ ਜਿਹਨਾਂ ਸ਼ੁਰੂ ਕੀਤਾ, ਜਿਹੜੀ ਉਸਨੇ ਸਟਾਰਟਿੰਗ 'ਚ ਵਿਭਾਗ ਕਮੇਟੀ ਬਣੀ ਸੀ ਉਹਦੇ ਜਿੰਨੇ ਵੀ ਕਮੇਟੀ ਦੇ ਮੈਂਬਰ ਸੇ, ਮੇਰੀ ਚੇਤਾ ਹੈ ਉਹਦੇ ਚੇਅਰਮੈਨ ਜਿਹੜੇ ਇੱਥੇ ਸਰਪੰਚ ਸੇ ਚੈਨ ਸਿੰਘ ਹੋਰ ਹੈ, ਮਾਸਟਰ ਮਲੂਕ ਸਿੰਘ ਹੋਰ ਹੈ, ਕਿਰਪਾਰਾਮ ਮਾਸਟਰ ਹੋਰ ਇੱਥੇ ਬੈਠੇ ਰਹੇ ਹੈ, ਬਲਵੰਤ ਜੀ ਹੈ, ਜਾਂ ਇਹਦੇ ਕਹਿੰਦੇ ਬੜੀ ਅੱਛੀ ਟੀਮ ਸੀ ਜਨਰਲ ਜਿਹੜੀ ਇਸ ਵਿਭਾਗ ਦੀ ਡਿਵੈਲਪਮੈਂਟ ਵਾਸਤੇ। ਔਰ ਮੈਨੂੰ ਯਕੀਨ ਹੈ ਕਿ ਅੱਜ ਸਾਰੇ ਜਣੇ ਜਿਸ ਨੇ ਇਕਜੁੱਟ ਹੋਈ ਅੱਛਾ ਅਤੇ ਡਿਵੈਲਪਮੈਂਟ ਜਿਹੜੀ ਸਾਡੀ ਹੈ ਇਸੀ ਅਸ ਅੱਗੇ ਵਧਾ ਚਾ, ਉਸ ਵਾਸਤੇ ਸਾਰਿਆਂ ਦਾ ਇੱਕ ਰੋਲ ਹੋਣਾ ਚਾਹੀਦਾ। ਸ਼ੁਕਰੀਆ, ਜੈ ਹਿੰਦ ਅਤੇ ਜੈ ਭਾਰਤ। ਉੱਧਰ ਸਾਡੇ ਬਹੁਤ ਹੀ ਸਤਿਕਾਰ ਯੋਗ ਸਾਡੇ ਸ਼ਿਵ ਕੁਮਾਰ ਸ਼ਰਮਾ ਜੀ, ਉਹਨਾਂ ਨੂੰ ਵੀ ਬੇਨਤੀ ਹੈ ਦੋ ਲਫ਼ਜ਼ ਜਿਹੜੇ ਇਸ ਦੰਗਲ ਦੇ ਬਾਰੇ ਪਹਿਲਵਾਨਾਂ ਨੂੰ ਥੋੜ੍ਹਾ, ਕਿਉਂਕਿ ਉਹ ਜਾਣਦੇ ਨੇ ਪਹਿਲਵਾਨ ਜਿਹੜੇ ਗਲਤ ਲੜਦੇ ਨੇ, ਦੋ ਲਫ਼ਜ਼ ਉਹਨਾਂ ਨੂੰ ਬੇਨਤੀ ਹੈ ਪਹਿਲਵਾਨਾਂ ਦੇ ਲਈ। ਆਦਰਯੋਗ ਅੱਜ ਦੇ ਮੁੱਖ ਪ੍ਰਾਹੁਣੇ ਐਕਸ ਮੰਤਰੀ ਜੁਗਲ ਕਿਸ਼ੋਰ ਸ਼ਰਮਾ ਜੀ, ਉਹਦੇ ਕੰਨੇ ਗਏ ਬੈਠੇ ਦੇ ਡੀ ਡੀ ਸੀ ਚੇਅਰਮੈਨ ਸਰਬ ਸਿੰਘ ਨਾਗ ਜੀ, ਬੀ ਡੀ ਸੀ ਅਸ਼ੋਕ ਕੁਮਾਰ ਠਾਕੁਰ ਜੀ, ਸੋਸ਼ਲ ਐਕਟੀਵਿਸਟ ਸਿੰਘ ਠਾਕੁਰ ਜੀ, ਪਾਤਾ ਸਾਹਿਬ ਮੁਖਰਾਜ ਜੀ, ਕਿਰਪਾ ਰਾਮ ਮਾਸਟਰ ਜੀ, ਇੱਥੋਂ ਦੀ ਦੰਗਲ ਕਮੇਟੀ ਔਰ ਬਲਵੰਤ ਸਿੰਘ, ਇਸ ਮੇਲੇ ਦਾ, ਇਸ ਦੰਗਲ ਦਾ ਇੱਕ ਨਾਂ ਹੈ। ਜਿਹੜੀ ਵੀ ਦੰਗਲ ਕਮੇਟੀ ਹੁਣ ਅਸੀਂ ਆਰਗਨਾਈਜ਼ ਕਰਾ ਦੀ ਹੈ, ਮੈਂ ਉਸੀ ਆਪਣੀ